ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਰੀਕ 6 ਮਹੀਨਾ ਮਈ ਸਨ 2018। ਖਾਲਸਾ ਜੀਓ, ਜਿਵੇਂ ਆਪ ਜਾਣਦੇ ਹੀ ਹੋ ਕਿ ਹਰਨੇਕ ਨੇਕੀ ਨਿਊਜ਼ੀਲੈਂਡ ਵਾਲੇ ਨੇ ਰੇਡੀਓ ਬਿਰਸਾ ਦੇ ਮਾਧਿਅਮ ਰਾਹੀਂ ਇੱਕ ਸੁਖਵਿੰਦਰ ਸਿੰਘ ਨਾਮ ਦੇ ਵਿਅਕਤੀ ਨਾਲ ਟੈਲੀਫੋਨ ਉੱਪਰ ਗੱਲਬਾਤ ਕੀਤੀ। ਅਸੀਂ ਸੁਖਵਿੰਦਰ ਸਿੰਘ ਨੂੰ ਸੁਖਵਿੰਦਰ ਕੈਟ ਦੇ ਨਾਮ ਨਾਲ ਹੀ ਬੁਲਾਵਾਂਗੇ ਅਤੇ ਕੈਟ ਹੋਣ ਦਾ ਸਬੂਤ ਵੀਡੀਓ ਦੇ ਅਖੀਰ ਵਿੱਚ ਦੇਵਾਂਗੇ। ਸੁਖਵਿੰਦਰ ਕੈਟ ਨੇ ਦਾਅਵਾ ਕੀਤਾ ਕਿ ਉਹ ਬਲਿਊ ਸਟਾਰ ਆਪਰੇਸ਼ਨ ਤੋਂ ਪਹਿਲਾਂ ਭਗੌੜਾ ਹੋ ਕੇ ਦਰਬਾਰ ਸਾਹਿਬ ਰਹਿੰਦਾ ਸੀ। ਉਸ ਨੇ ਸੰਤ ਬਾਬਾ ਜਰਨੈਲ ਸਿੰਘ ਜੀ, ਸ਼ਹੀਦ ਸੁਰਿੰਦਰ ਸਿੰਘ ਜੀ ਸੋਢੀ, ਸ਼ਹੀਦ ਜਰਨਲ ਲਾਭ ਸਿੰਘ ਜੀ, ਬੱਬਰ ਖਾਲਸਾ ਜਥੇਬੰਦੀ, ਖਾੜਕੂ ਸਿੰਘਾਂ ਅਤੇ ਖਾੜਕੂ ਜਥੇਬੰਦੀਆਂ ਉੱਪਰ ਬਹੁਤ ਹੀ ਘਟੀਆ ਕਿਸਮ ਦੀ ਇਲਜ਼ਾਮਬਾਜ਼ੀ ਕੀਤੀ। ਇਹਨਾਂ ਇਲਜ਼ਾਮਾਂ ਦੀ ਰਿਕਾਰਡਿੰਗ ਯੂਟਿਊਬ ਉੱਪਰ ਸੁਣੀ ਜਾ ਸਕਦੀ ਹੈ। ਇਹ ਇਲਜ਼ਾਮ ਬਹੁਤ ਗੰਭੀਰ ਅਤੇ ਨਾ ਮੰਨਣਯੋਗ ਮਹਿਸੂਸ ਹੋਏ, ਜਿਸ ਕਾਰਨ ਅਸੀਂ ਸੁਖਵਿੰਦਰ ਕੈਟ ਵੱਲੋਂ ਲਾਏ ਇਲਜ਼ਾਮਾਂ ਦੀ ਪੈੜ ਨੱਪਣੀ ਆਰੰਭੀ, ਤਾਂ ਜੋ ਸਾਡੀ ਕੌਮ ਦੇ ਅੰਦਰ ਸ਼ਹੀਦ ਸਿੰਘਾਂ ਅਤੇ ਸਿੱਖ ਕੌਮ ਦੇ ਯੋਧਿਆਂ ਪ੍ਰਤੀ ਕਿਸੇ ਤਰ੍ਹਾਂ ਦਾ ਭਰਮ ਭੁਲੇਖਾ ਜਨਮ ਨਾ ਲਵੇ ਅਤੇ ਕੌਮ ਅਸਲੀਅਤ ਨੂੰ ਅਨੁਭਵ ਕਰ ਸਕੇ। ਹਰਨੇਕ ਨੇ ਸੁਖਵਿੰਦਰ ਕੈਟ ਨੂੰ ਸੋਢੀ ਦਾ ਸਾਥੀ ਬਣਾ ਕੇ ਸੋਸ਼ਲ ਮੀਡੀਆ ਉੱਪਰ ਪੇਸ਼ ਕੀਤਾ। ਅਸੀਂ ਸੁਖਵਿੰਦਰ ਕੈਟ ਲੱਭਣਾ ਸ਼ੁਰੂ ਕੀਤਾ। ਸਾਡਾ ਖਿਆਲ ਸੀ ਕਿ ਸ਼ਾਇਦ ਕੋਈ ਵਿਦੇਸ਼ ਵਿੱਚ ਹੋਵੇਗਾ ਜਾਂ ਸਿਰਫ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਕਿਸੇ ਨੇ ਆਰਜ਼ੀ ਪੈਦਾ ਕੀਤਾ ਹੋਵੇਗਾ। ਜਿਉਂ ਹੀ ਅਸੀਂ ਸੰਘਰਸ਼ ਨਾਲ ਜੁੜੇ ਪੁਰਾਣੇ ਸਿੰਘਾਂ ਰਾਹੀਂ ਸੁਖਵਿੰਦਰ ਕੈਟ ਸੰਬੰਧੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਭਾਰਤ ਵਿੱਚ ਹੀ ਬੈਠਾ ਹੈ। ਥੋੜ੍ਹਾ ਡੂੰਘਾਈ ਵਿੱਚ ਜਾ ਕੇ ਸਾਨੂੰ ਬਹੁਤ ਹੀ ਹੈਰਾਨੀਜਨਕ ਜਾਣਕਾਰੀ ਹਾਸਲ ਹੋਈ। ਉਸ ਜਾਣਕਾਰੀ ਵਿੱਚੋਂ ਹੀ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਅਸੀਂ ਪ੍ਰਾਪਤ ਜਾਣਕਾਰੀ ਦਾ ਕੁਝ ਹਿੱਸਾ ਸੰਗਤਾਂ ਦੀ ਕਚਹਿਰੀ ਵਿੱਚ ਰੱਖ ਰਹੇ ਹਾਂ ਤਾਂ ਜੋ ਸੰਗਤ ਖੁਦ ਹੀ ਅਸਲੀਅਤ ਨੂੰ ਸਮਝ ਸਕੇ ਅਤੇ ਕੌਮ ਦੇ ਸ਼ਹੀਦਾਂ ਨੂੰ ਬਦਨਾਮ ਕਰਨ ਵਾਲਿਆਂ ਦੇ ਨਾਪਾਕ ਇਰਾਦੇ ਕਾਮਯਾਬ ਨਾ ਹੋ ਸਕਣ। ਇੱਥੇ ਅਸੀਂ ਸਪਸ਼ਟ ਕਰਦੇ ਹਾਂ ਕਿ ਇਹ ਜਾਣਕਾਰੀ ਸਿੱਖ ਕੌਮ ਵਾਸਤੇ ਹੈ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ। ਆਖਿਰ ਕੌਣ ਹੈ ਸੁਖਵਿੰਦਰ ਕੈਟ? ਜਿਉਂ ਹੀ ਅਸੀਂ ਜਾਣਨਾ ਸ਼ੁਰੂ ਕੀਤਾ ਤਾਂ ਪਤਾ ਚੱਲਿਆ ਕਿ ਇਹ ਕਪੂਰਥਲੇ ਸ਼ਹਿਰ ਨਾਲ ਸੰਬੰਧਿਤ ਹੈ। ਇਸ ਦਾ ਅਸਲੀ ਨਾਮ ਸੁਖਵਿੰਦਰ ਸਿੰਘ ਉਰਫ ਕਾਕਾ ਹੈ। ਇਸ ਤੋਂ ਇਲਾਵਾ ਇਹ ਆਪਣਾ ਫਰਜ਼ੀ ਨਾਮ ਜਰਨਲ ਦਿਆਲ ਸਿੰਘ ਵੀ ਦੱਸਦਾ ਹੈ, ਜਿਸ ਸੰਬੰਧੀ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ ਕਿ ਇਹ ਆਪਣੇ ਆਪ ਨੂੰ ਜਰਨਲ ਦਿਆਲ ਸਿੰਘ ਕਿਉਂ ਦੱਸਦਾ ਹੈ। ਜੀ ਹਾਂ, ਇਹ ਤਸਵੀਰ ਸੁਖਵਿੰਦਰ ਕੈਟ ਦੀ ਹੀ ਹੈ। ਕਿਸੇ ਨਿੱਜੀ ਕੇਸ ਕਾਰਨ 1982 ਵਿੱਚ ਸੁਖਵਿੰਦਰ ਕੈਟ ਘਰੋਂ ਭੱਜ ਗਿਆ ਅਤੇ ਦਰਬਾਰ ਸਾਹਿਬ ਜਾ ਕੇ ਰਹਿਣ ਲੱਗਾ, ਜਿੱਥੇ ਇਸਨੇ ਜਸਵੀਰ ਸਿੰਘ ਭੁੱਟੋ ਨਾਮ ਦੇ ਇੱਕ ਬੰਦੇ ਨੂੰ ਆਪਣਾ ਦੋਸਤ ਬਣਾ ਲਿਆ ਅਤੇ ਜਸਵੀਰ ਸਿੰਘ ਭੁੱਟੋ ਦੇ ਨਾਲ ਮਿਲ ਕੇ ਇਹ ਆਪਣੀਆਂ ਨਿੱਜੀ ਦੁਸ਼ਮਣੀਆਂ ਕੱਢਣ ਲੱਗੇ। ਜਸਵੀਰ ਸਿੰਘ ਭੁੱਟੋ ਪਿੰਡ ਬੰਡਾਲਾ ਬੇਟ ਦਾ ਨਿਵਾਸੀ ਸੀ। ਆਪਰੇਸ਼ਨ ਬਲਿਊ ਸਟਾਰ 1984 ਤੋਂ ਬਾਅਦ ਜਸਵੀਰ ਭੁੱਟੋ ਅਤੇ ਉਸਦੀ ਘਰਵਾਲੀ ਨੂੰ ਪੁਲਿਸ ਨੇ ਦਿੱਲੀ ਤੋਂ ਫੜ ਲਿਆ। ਭੁੱਟੋ ਦਾ ਫਗਵਾੜੇ ਦੇ ਕਰੀਬ ਮੁਕਾਬਲਾ ਬਣਾ ਦਿੱਤਾ ਅਤੇ ਸੁਖਵਿੰਦਰ ਕੈਟ ਨੂੰ ਫਰਾਰ ਵਿਖਾ ਦਿੱਤਾ। ਅਖੀਰ 1985 ਨੂੰ ਪੁਲਿਸ ਨੇ ਇਸ ਨੂੰ ਦਿੱਲੀ ਤੋਂ ਫੜ ਲਿਆ ਅਤੇ ਜੇਲ੍ਹ ਭੇਜ ਦਿੱਤਾ। 1986 ਵਿੱਚ ਜਿਉਂ ਹੀ ਇਹ ਜੇਲ੍ਹ ਤੋਂ ਬਾਹਰ ਆਇਆ ਤਾਂ ਕਪੂਰਥਲਾ ਪੁਲਿਸ ਨੇ ਇਸ ਨੂੰ ਆਪਣਾ ਮੁਖਬਰ ਬਣਾ ਕੇ ਖਾਲਿਸਤਾਨੀ ਜੁਝਾਰੂਆਂ ਦੀ ਮੁਖਬਰੀ ਲਈ NSA ਲਾ ਕੇ ਨਾਭਾ ਜੇਲ੍ਹ ਭੇਜ ਦਿੱਤਾ। ਜਿਉਂ ਹੀ NSA ਵਾਲਾ ਕੇਸ ਖਤਮ ਹੋਣ ਤੇ ਜੇਲ੍ਹ ਵਿੱਚੋਂ ਨਿਕਲਿਆ ਤਾਂ ਪੁਲਿਸ ਨੇ ਫਿਰ ਟਾਡਾ ਐਕਟ ਲਾ ਕੇ ਦੁਬਾਰਾ ਨਾਭਾ ਜੇਲ੍ਹ ਭੇਜ ਦਿੱਤਾ ਤਾਂ ਜੋ ਇਹ ਜੇਲ੍ਹ ਵਿਚਲੇ ਸਿੰਘਾਂ ਉੱਪਰ ਨਜ਼ਰ ਰੱਖ ਸਕੇ ਅਤੇ ਉਹਨਾਂ ਦੀ ਸਾਰੀ ਮੁਖਬਰੀ ਪੁਲਿਸ ਨੂੰ ਕਰ ਸਕੇ। ਟਾਡਾ ਵਾਲੇ ਕੇਸ ਵਿੱਚੋਂ ਇਹ 1987 ਵਿੱਚ ਬਾਹਰ ਆਇਆ ਅਤੇ ਦਿੱਲੀ ਜਾ ਕੇ ਰਹਿਣ ਲੱਗਾ। ਸੁਖਵਿੰਦਰ ਕੈਟ ਦਾ ਕਹਿਣਾ ਹੈ ਕਿ 1988 ਵਿੱਚ BTF ਨੇ ਇਸ ਦੇ ਇੱਕ ਹਿੰਦੂ ਦੋਸਤ ਦੇ ਵਿਆਹ ਉੱਪਰ 7 ਜੀ ਕਤਲ ਕਰ ਦਿੱਤੇ, ਜਿਸ ਦਾ ਬਦਲਾ ਲੈਣ ਲਈ ਇਹ ਸਿੰਘਾਂ ਦਾ ਕਤਲ ਕਰਨ ਲੱਗਾ। ਇਸ ਦਾ ਇਹ ਇਲਜ਼ਾਮ ਵੀ ਹੈ ਕਿ ਸਿੰਘਾਂ ਨੇ ਫਰਵਰੀ 1988 ਵਿੱਚ ਇਸ ਦੀ ਮਾਂ ਅਤੇ ਭੈਣ ਦੇ ਗੋਲੀਆਂ ਮਾਰੀਆਂ, ਜਿਸ ਵਿੱਚ ਮਾਂ ਦੀ ਮੌਤ ਹੋ ਗਈ ਅਤੇ ਭੈਣ 8 ਗੋਲੀਆਂ ਲੱਗਣ ਤੋਂ ਬਾਅਦ ਵੀ ਬਚ ਗਈ। ਪਰ ਦੂਸਰੇ ਪਾਸੇ ਅਸਲੀਅਤ ਇਹ ਹੈ ਕਿ ਇਸਨੇ ਆਪਣੀ ਮਾਂ ਅਤੇ ਭੈਣ ਨੂੰ ਖੁਦ ਗੋਲੀਆਂ ਮਾਰੀਆਂ, ਕਿਉਂਕਿ ਉਹ ਇਸ ਨੂੰ ਸਿੱਖ ਪਰਿਵਾਰਾਂ ਦੇ ਨੌਜਵਾਨ ਬੱਚੇ ਚੁੱਕ ਚੁੱਕ ਕੇ ਕਤਲ ਕਰਨ ਤੋਂ ਰੋਕਦੀਆਂ ਸਨ, ਜਿਸ ਕਰਕੇ ਇਸ ਦੀ ਭੈਣ ਨੇ ਇਸ ਦੇ ਖਿਲਾਫ਼ ਪਰਚਾ ਵੀ ਦਰਜ ਕਰਵਾਇਆ ਸੀ ਕਿ ਮੇਰੀ ਮਾਂ ਨੂੰ ਮਾਰਨ ਅਤੇ ਮੈਨੂੰ ਜ਼ਖਮੀ ਕਰਨ ਵਿੱਚ ਮੇਰੇ ਭਰਾ ਸੁਖਵਿੰਦਰ ਸਿੰਘ ਕਾਕੇ ਦਾ ਹੱਥ ਹੈ। ਪਰ ਪੁਲਿਸ ਅਫਸਰਾਂ ਨੇ ਕੇਸ ਰਫਾ ਦਫਾ ਕਰਵਾ ਦਿੱਤਾ ਅਤੇ ਵਾਰਦਾਤ ਖਾੜਕੂ ਸਿੰਘਾਂ ਦੇ ਖਾਤੇ ਪਾ ਦਿੱਤੀ। ਸੁਖਵਿੰਦਰ ਕੈਟ ਇੱਕ ਗੱਲ ਬਹੁਤ ਵਾਰੀ ਸਪਸ਼ਟ
ਪੰਜਾਬ ਪੁਲਿਸ, CRPF ਦੇ ਸੀਨੀਅਰ ਅਫਸਰਾਂ ਅਤੇ ਭਾਰਤੀ ਏਜੰਸੀਆਂ ਨੇ ਇੱਕ ਚਾਲ ਹੋਰ ਚੱਲਦਿਆਂ ਹੋਇਆਂ ਇੱਕ ਇੰਡੀਅਨ ਲਾਇੰਸ ਆਰਮੀ ਨਾਮ ਦਾ ਗਰੋਹ ਬਣਾ ਦਿੱਤਾ, ਜਿਸ ਨੂੰ ਹਥਿਆਰ ਅਤੇ ਗੱਡੀਆਂ ਮੁਹੱਈਆ ਕਰਵਾਈਆਂ। ਸੁਖਵਿੰਦਰ ਕੈਟ ਉਰਫ ਕਾਕੇ ਨੂੰ ਉਸ ਦਾ ਚੀਫ ਬਣਾ ਦਿੱਤਾ ਅਤੇ ਇਹ ਆਪਣੇ ਆਪ ਨੂੰ ਜਨਰਲ ਦਿਆਲ ਸਿੰਘ ਕਹਿਣ ਲੱਗਾ। ਭਾਰਤੀ ਏਜੰਸੀਆਂ ਦੀ ਸ਼ਹਿ ਪਾ ਲੈਣ ਤੋਂ ਬਾਅਦ ਇਹ ਗਰੋਹ ਵੀ ਪੂਲੇ ਵਾਲੀ ਤਰਜ਼ ਉੱਪਰ ਕੰਮ ਕਰਨ ਲੱਗਾ। ਇਸ ਦਾ ਇੱਕ ਸਾਥੀ ਪ੍ਰਗਟ ਸਿੰਘ ਵੀ ਅਕਸਰ ਦਾਅਵਾ ਕਰਦਾ ਸੀ ਕਿ ਉਹ ਦਿਆਲ ਸਿੰਘ ਹੈ, ਜਿਸ ਕਾਰਨ ਜੁਝਾਰੂ ਜਥੇਬੰਦੀਆਂ ਨੇ ਜਲੰਧਰ ਵਿੱਚ ਪ੍ਰਗਟ ਸਿੰਘ, ਉਸ ਦੇ ਕੁਝ ਸਾਥੀ ਅਤੇ ਕੁਝ CRPF ਵਾਲੇ ਸੋਹ ਦਿੱਤੇ। ਜੁਝਾਰੂ ਜਥੇਬੰਦੀਆਂ ਨੇ ਇੰਡੀਅਨ ਲਾਇੰਸ ਗਰੋਹ ਦੇ ਮੁਖੀ ਪ੍ਰਗਟ ਸਿੰਘ ਉਰਫ ਦਿਆਲ ਸਿੰਘ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ, ਪਰ ਅਗਲੇ ਦਿਨ ਹੀ ਸੁਖਵਿੰਦਰ ਕੈਟ ਨੇ ਫੋਨ ਕਰਕੇ ਪ੍ਰਿੰਟ ਮੀਡੀਆ ਨੂੰ ਆਪਣਾ ਸਹੀ ਨਾਮ ਦੱਸਦੇ ਹੋਏ ਆਪਣੇ ਆਪ ਨੂੰ ਦਿਆਲ ਸਿੰਘ ਇੰਡੀਅਨ ਲਾਇੰਸ ਆਰਮੀ ਦਾ ਮੁਖੀ ਦੱਸਿਆ ਅਤੇ ਦਾਅਵਾ ਕੀਤਾ ਕਿ ਪ੍ਰਗਟ ਸਿੰਘ ਦਿਆਲ ਸਿੰਘ ਨਹੀਂ ਸੀ। ਨਾਲ ਹੀ ਉਸਨੇ ਖਾਲਿਸਤਾਨੀਆਂ ਦੇ ਖਾਨਦਾਨਾਂ ਦੇ ਖਾਨਦਾਨ ਖਤਮ ਕਰਨ ਦੀ ਚੇਤਾਵਨੀ ਦਿੱਤੀ। ਸੁਖਵਿੰਦਰ ਕੈਟ ਦੇ ਗਰੋਹ ਨੇ ਮੇਜਰ ਬਲਦੇਵ ਸਿੰਘ ਘੁੰਮਣ ਜੀ ਦੀ ਕੋਠੀ ਵਿੱਚ ਜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੇਜਰ ਬਲਦੇਵ ਸਿੰਘ ਜੀ ਉਹ ਯੋਧੇ ਸਨ ਜਿਨ੍ਹਾਂ ਦਾ ਖਾਲਿਸਤਾਨ ਦੀ ਆਜ਼ਾਦੀ ਦੇ ਗੁਰੀਲਾ ਸੰਘਰਸ਼ ਨੂੰ ਚਲਾਉਣ ਵਿੱਚ ਭਾਈ ਮਨਵੀਰ ਸਿੰਘ ਜੀ ਝੇੜੂ ਨੂੰ ਬਹੁਤ ਵੱਡਾ ਸਾਥ ਸੀ ਅਤੇ ਸ਼ਹੀਦ ਭਾਈ ਮਨਵੀਰ ਸਿੰਘ ਜੀ ਉਹਨਾਂ ਦੀ ਕੋਠੀ ਵਿੱਚੋਂ ਹੀ ਪੁਲਿਸ ਨੇ ਗ੍ਰਿਫਤਾਰ ਕੀਤੇ ਸਨ। ਮੇਜਰ ਬਲਦੇਵ ਸਿੰਘ ਜੀ ਘੁੰਮਣ, ਮਾਨ, ਅਕਾਲੀ ਦਲ ਨਾਲ ਸੰਬੰਧਿਤ ਸਨ। ਸ਼ਹੀਦ ਭਾਈ ਮਨਵੀਰ ਸਿੰਘ ਜੀ ਦੇ ਪਿਤਾ ਸ਼ਹੀਦ ਸਰਦਾਰ ਮਹਿੰਦਰ ਸਿੰਘ ਜੀ ਨੂੰ ਵੀ ਇਸ ਗਰੁੱਪ ਨੇ ਹੀ ਅਗਵਾ ਕੀਤਾ ਅਤੇ ਤਸ਼ੱਦਦ ਕਰਕੇ ਸ਼ਹੀਦ ਕੀਤਾ। ਸੁਖਵਿੰਦਰ ਕੈਟ ਦੇ ਗਰੋਹ ਨੇ ਅਗਲਾ ਨਿਸ਼ਾਨਾ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟਹਿਣੀ ਜੀ ਦੇ ਪਰਿਵਾਰ ਨੂੰ ਬਣਾਇਆ। ਇਹਨਾਂ ਨੇ ਉਹਨਾਂ ਦੇ ਪਰਿਵਾਰ ਉੱਪਰ ਹਮਲਾ ਕਰਕੇ ਉਹਨਾਂ ਦੇ ਪਿਤਾ ਸਰਦਾਰ ਅਮਰੀਕ ਸਿੰਘ ਜੀ ਨੂੰ ਫੱਟੜ ਕਰ ਦਿੱਤਾ। ਭਾਈ ਅਮਰੀਕ ਸਿੰਘ ਜੀ ਮਾਨ ਅਕਾਲੀ ਦਲ ਵੱਲੋਂ ਜਲੰਧਰ ਜ਼ਿਲ੍ਹੇ ਦੇ ਜ਼ਿਲ੍ਹਾ ਜਥੇਦਾਰ ਨਿਯੁਕਤ ਕੀਤੇ ਗਏ ਸਨ। ਜਿਸ ਸ਼ਖਸ ਨੇ ਆਪਣੀ ਮਾਂ ਨੂੰ ਮਾਰਿਆ ਅਤੇ ਭੈਣ ਦੇ 8 ਗੋਲੀਆਂ ਮਾਰੀਆਂ ਹੋਣ, ਉਹ ਕਿਸੇ ਹੋਰ ਦਾ ਸਕਾ ਕੀ ਹੋ ਸਕਦਾ ਹੈ? ਸੁਖਵਿੰਦਰ ਕੈਟ ਖੁਦ ਬਹੁਤ ਸਾਰੇ ਸਿੰਘਾਂ ਨੂੰ ਪਹਿਚਾਣਦਾ ਸੀ ਕਿਉਂਕਿ ਪਹਿਲਾਂ ਦਰਬਾਰ ਸਾਹਿਬ ਅਤੇ ਬਾਅਦ ਵਿੱਚ ਨਾਭਾ ਜ਼ਿਲ੍ਹਾ ਪਟਿਆਲਾ ਵਿੱਚ ਰਿਹਾ ਸੀ। ਇਸ ਦੇ ਸਾਥੀ ਪਿੰਡਾਂ ਦੇ ਕਾਮਰੇਡ ਸਨ ਜੋ ਨਿੱਜੀ ਰੂਪ ਵਿੱਚ ਕਈ ਸਿੰਘਾਂ ਨੂੰ ਪਹਿਚਾਣਦੇ ਸਨ, ਜਿਸ ਕਾਰਨ ਇਹ ਮਰੂਤੀ ਵੈਨ ਵਿੱਚ ਬੈਠ ਅਤੇ ਹਥਿਆਰ ਲੈ ਕੇ ਸੜਕਾਂ, ਬੱਸ ਅੱਡਿਆਂ ਅਤੇ ਜਨਤਕ ਥਾਵਾਂ ਉੱਪਰ ਘੁੰਮਦੇ ਰਹਿੰਦੇ ਸਨ ਅਤੇ ਜਿਉਂ ਹੀ ਕੋਈ ਸਿੰਘ ਇਕੱਲਾ ਖਾਲੀ ਹੱਥ ਜਾਂਦਾ, ਇਹਨਾਂ ਦੀ ਨਜ਼ਰ ਚੜ੍ਹ ਜਾਂਦਾ, ਇਹ ਜਾਂ ਤਾਂ ਉਸ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੰਦੇ ਅਤੇ ਉਸਦਾ ਸਰੀਰ ਚੁੱਕ ਕੇ ਲੈ ਜਾਂਦੇ ਜਾਂ ਫਿਰ ਉਸਨੂੰ ਫੜ ਕੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੰਦੇ। ਉਸ ਸਮੇਂ ਪੰਜਾਬ ਵਿੱਚ ਪ੍ਰਮੁੱਖ ਰੂਪ ਵਿੱਚ ਆਲਮ ਸੈਨਾ, ਇੰਡੀਅਨ ਲਾਇੰਸ ਆਰਮੀ, ਪੱਪੂ ਜੜਾਵਾ, ਗੁਰਮੀਤ ਪੈਂਕੀ, ਸੰਤੋਖ ਕਾਲਾ, ਪੂਲਾ ਨਿਹੰਗ, ਕਾਮਰੇਡਾਂ ਦੇ ਹਥਿਆਰਬੰਦ ਗਰੋਹ ਅਤੇ ਕਈ ਹੋਰ ਪੁਲਿਸ ਕੈਟਾਂ ਦੇ ਗਰੋਹ ਪੁਲਿਸ ਨੇ ਸਰਗਰਮ ਕੀਤੇ ਸਨ। ਇਹਨਾਂ ਦਾ ਕੰਮ ਸੀ ਖਾੜਕੂ ਸੰਘਰਸ਼ ਨੂੰ ਬਦਨਾਮ ਕਰਨਾ, ਸਿੰਘ ਫੜ ਕੇ ਸ਼ਹੀਦ ਕਰਨੇ, ਜੁਝਾਰੂ ਸਿੰਘਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਖਤਮ ਕਰਕੇ ਦਹਿਸ਼ਤ ਪਾਉਣੀ। ਇਹ ਦਿਨੇ ਲੋਕਾਂ ਨੂੰ ਲੁੱਟਦੇ ਸਨ, ਰਾਤ ਨੂੰ ਖਾੜਕੂ ਸਿੰਘਾਂ ਦੇ ਭੇਸ ਵਿੱਚ ਲੋਕਾਂ ਦੇ ਘਰਾਂ ਵਿੱਚ ਜਾਂਦੇ ਸਨ ਅਤੇ ਉਹਨਾਂ ਦੀਆਂ ਬੱਚੀਆਂ ਅਤੇ ਔਰਤਾਂ ਨਾਲ ਬਲਾਤਕਾਰ ਕਰਦੇ ਸਨ। ਬੱਸਾਂ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਉਤਾਰ ਉਤਾਰ ਕੇ ਇਹ ਕਤਲ ਕਰਦੇ ਸਨ ਤਾਂ ਜੋ ਖਾੜਕੂ ਸੰਘਰਸ਼ ਪ੍ਰਤੀ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ। ਜਿਵੇਂ ਕਹਿੰਦੇ ਹਨ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਜਿਉਂ ਹੀ ਜੁਝਾਰੂ ਸੰਘਰਸ਼ ਮੱਧਮ ਪਿਆ ਤਾਂ ਪੰਜਾਬ ਪੁਲਿਸ ਅਤੇ ਭਾਰਤੀ ਏਜੰਸੀਆਂ ਲਈ ਇਹ ਕੈਟ ਵੀ ਵਾਧੂ ਬੋਝ ਅਤੇ ਸਿਰਦਰਦੀ ਬਣਨ ਲੱਗੇ ਕਿਉਂਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗਾ ਹੋਇਆ ਸੀ, ਜਿਸ ਕਾਰਨ ਇਹ ਸਮਾਜ ਵਿੱਚ ਜੁਰਮ ਫੈਲਾਉਣ ਲੱਗ ਪਏ। ਅਕਸਰ ਡਾਕੇ ਮਾਰਨੇ, ਕਬਜ਼ੇ ਕਰਨੇ ਅਤੇ ਸਰੀਰਕ ਭੁੱਖ ਮਿਟਾਉਣ ਵਾਸਤੇ ਪਿੰਡਾਂ ਦੇ ਘਰਾਂ ਵਿੱਚ ਖਾੜਕੂਆਂ ਦੇ ਭੇਸ ਅੰਦਰ ਵੜ ਕੇ ਬੱਚੀਆਂ ਅਤੇ ਔਰਤਾਂ ਨਾਲ ਬਲਾਤਕਾਰ ਕਰਨੇ ਇਹਨਾਂ ਦੇ ਰੋਜ਼ ਦੇ ਸ਼ੌਕ ਬਣ ਚੁੱਕੇ ਸਨ। ਪਹਿਲਾਂ ਤੇ ਇਹਨਾਂ ਦੀਆਂ ਕਰਤੂਤਾਂ ਜੁਝਾਰੂ ਸਿੰਘਾਂ ਸਿਰ ਮੜ ਦਿੱਤੀਆਂ ਜਾਂਦੀਆਂ ਸਨ, ਪਰ ਹੁਣ ਪ੍ਰਸ਼ਾਸਨ ਕੋਲ ਕੋਈ ਜਵਾਬ ਨਹੀਂ ਸੀ। ਅਖੀਰ ਏਜੰਸੀਆਂ ਨੇ ਖੁਦ ਹੀ ਕੈਟਾਂ ਨੂੰ ਖਤਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕਾਫੀ ਸਾਰੇ ਕੈਟ ਭੱਜ ਕੇ ਵਿਦੇਸ਼ਾਂ ਵਿੱਚ ਜਾ ਵੜੇ ਅਤੇ ਕੁਝ ਇੱਕ ਨੂੰ ਗਿਣੀ ਮਿੱਥੀ ਸਾਜ਼ਿਸ਼ ਨਾਲ ਵਿਦੇਸ਼ਾਂ ਵਿੱਚ ਸੈੱਟ ਕਰਵਾ ਦਿੱਤਾ।
ਜਿਨ੍ਹਾਂ ਵਿੱਚੋਂ ਅਕਸਰ ਕੁਝ ਇੱਕ ਸਮੇਂ ਸਿਰ ਨੰਗੇ ਹੁੰਦੇ ਰਹਿੰਦੇ ਹਨ। ਹਰਨੇਕ ਨੇਕਾ ਵੀ ਉਹਨਾਂ ਵਿੱਚੋਂ ਇੱਕ ਹੈ। ਵਿਦੇਸ਼ਾਂ ਵਿੱਚ ਸੈੱਟ ਕੀਤੇ ਸਾਬਕਾ ਪੁਲਿਸ ਕੈਟਾਂ ਦਾ ਮਕਸਦ ਵੀ ਵਿਦੇਸ਼ਾਂ ਵਿਚਲੇ ਸਿੱਖਾਂ ਵਿੱਚ ਫੁੱਟ ਪਾਉਣੀ, ਉਹਨਾਂ ਨੂੰ ਬਦਨਾਮ ਕਰਨਾ, ਧਰਮ ਦੇ ਆਧਾਰ ਉੱਪਰ ਦੁਵਿਧਾਵਾਂ ਪਾ ਕੇ ਆਪਸ ਵਿੱਚ ਲੜਾਉਣਾ ਅਤੇ ਇਤਿਹਾਸ ਸੰਬੰਧੀ ਭਰਮ ਭੁਲੇਖੇ ਪੈਦਾ ਕਰਨੇ ਹੈ ਤਾਂ ਜੋ ਸਿੱਖ ਆਪਣੇ ਮੂਲ ਨਾਲੋਂ ਟੁੱਟ ਜਾਣ। ਇਹ ਗੱਲ ਵੀ ਜਗ ਜਾਹਰ ਹੋ ਚੁੱਕੀ ਹੈ ਕਿ ਭਾਰਤੀ ਏਜੰਸੀਆਂ ਆਪਣੀਆਂ ਅੰਬੈਸੀਆਂ ਰਾਹੀਂ ਇਹਨਾਂ ਸਾਬਕਾ ਕੈਟਾਂ ਅਤੇ ਇਹਨਾਂ ਨਾਲ ਜੁੜੇ ਲੋਕਾਂ ਨੂੰ ਗੁਰੂ ਘਰਾਂ ਉੱਪਰ ਕਾਬਜ਼ ਕਰਾਉਣ ਲਈ ਪੱਬਾਂ ਭਾਰ ਹੋਈਆਂ ਹਨ। ਖੈਰ 1995-96 ਵਿੱਚ ਸੁਖਵਿੰਦਰ ਕੈਟ ਵੀ ਦੌੜ ਕੇ ਕਿਰਗਿਸਤਾਨ ਦੇ ਸ਼ਹਿਰ ਬਿਸ਼ਕੇਕ ਵਿੱਚ ਜਾ ਲੁਕਿਆ। ਜਿਵੇਂ ਕਹਿੰਦੇ ਹਨ ਕਿ ਚੋਰ ਨੂੰ ਆਪਣਾ ਪਾਲਾ ਹੀ ਹੁੰਦਾ ਹੈ, ਇੱਥੇ ਇਸ ਨੂੰ ਲੱਗਾ ਕਿ ਕਿਸੇ ਨੇ ਇਸ ਦੀ ਸਪਾਰੀ ਦੇ ਕੇ ਕੋਰੀਆ ਦਾ ਮਾਫੀਆ ਇਸ ਦੇ ਪਿੱਛੇ ਲਾ ਦਿੱਤਾ ਹੈ। ਇਹ ਡਰਦਾ ਮੁੜ ਹਿੰਦੁਸਤਾਨ ਨੂੰ ਦੌੜ ਗਿਆ। ਉੱਥੇ ਪਹੁੰਚ ਕੇ ਇਸ ਨੇ ਅਦਾਲਤ ਵਿੱਚ ਰਿੱਟ ਪਾ ਕੇ ਸਰਕਾਰੀ ਸਿਕਿਉਰਿਟੀ ਲੈ ਲਈ, ਪਰ ਹਾਲਾਤ ਤਬਦੀਲ ਹੋਣ ਕਾਰਨ ਪੰਜਾਬ ਪੁਲਿਸ ਨੇ ਹੌਲੀ ਹੌਲੀ ਇਸ ਦੀ ਸਿਕਿਉਰਿਟੀ ਲਗਭਗ ਖਤਮ ਕਰ ਦਿੱਤੀ ਅਤੇ ਸਿਰਫ ਇੱਕ ਸਿਪਾਹੀ ਹੀ ਰਹਿਣ ਦਿੱਤਾ, ਜਿਸ ਕਾਰਨ ਇਹ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰਿੰਟਡ ਮੀਡੀਆ ਨੂੰ ਬੁਲਾ ਕੇ ਖੂਬ ਪਿੱਟਿਆ। ਇਸ 'ਤੇ ਕੁਝ ਹਮਦਰਦਾਂ ਨੇ change.org ਉੱਪਰ ਇਸ ਦੀ ਸਿਕਿਉਰਿਟੀ ਵਧਾਉਣ ਵਾਸਤੇ 3 ਸਾਲ ਪਹਿਲਾਂ ਪਟੀਸ਼ਨ ਪਾਈ, ਪਰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੱਕ 146 ਸਾਈਨ ਹੀ ਹੋ ਸਕੇ। ਗੱਲ ਨਾ ਬਣਦੀ ਵੇਖ ਕੇ ਲਾ ਦਿੱਤਾ ਹੈ। ਇਹ ਡਰਦਾ ਮੁੜ ਹਿੰਦੁਸਤਾਨ ਨੂੰ ਦੌੜ ਗਿਆ। ਉੱਥੇ ਪਹੁੰਚ ਕੇ ਇਸ ਨੇ ਅਦਾਲਤ ਵਿੱਚ ਰਿੱਟ ਪਾ ਕੇ ਸਰਕਾਰੀ ਸਿਕਿਉਰਿਟੀ ਲੈ ਲਈ, ਪਰ ਹਾਲਾਤ ਤਬਦੀਲ ਹੋਣ ਕਾਰਨ ਪੰਜਾਬ ਪੁਲਿਸ ਨੇ ਹੌਲੀ ਹੌਲੀ ਇਸ ਦੀ ਸਿਕਿਉਰਿਟੀ ਲਗਭਗ ਖਤਮ ਕਰ ਦਿੱਤੀ ਅਤੇ ਸਿਰਫ ਇੱਕ ਸਿਪਾਹੀ ਹੀ ਰਹਿਣ ਦਿੱਤਾ, ਜਿਸ ਕਾਰਨ ਇਹ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰਿੰਟਡ ਮੀਡੀਆ ਨੂੰ ਬੁਲਾ ਕੇ ਖੂਬ ਪਿੱਟਿਆ। ਇਸ 'ਤੇ ਕੁਝ ਹਮਦਰਦਾਂ ਨੇ change.org ਉੱਪਰ ਇਸ ਦੀ ਸਿਕਿਉਰਿਟੀ ਵਧਾਉਣ ਵਾਸਤੇ 3 ਸਾਲ ਪਹਿਲਾਂ ਪਟੀਸ਼ਨ ਪਾਈ, ਪਰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੱਕ 146 ਸਾਈਨ ਹੀ ਹੋ ਸਕੇ। ਗੱਲ ਨਾ ਬਣਦੀ ਵੇਖ ਕੇ ਇਸ ਨੇ TV ਚੈਨਲ ਆਜ ਤੱਕ ਵਾਲਿਆਂ ਕੋਲ ਪਹੁੰਚ ਕੀਤੀ, ਜਿੱਥੇ ਫਿਰ ਇਸ ਨੇ ਆਪਣੇ ਬਹੁਤ ਰੋਣੇ ਰੋਏ। ਇਹ ਦਾਅਵਾ ਕਰਦਾ ਹੈ ਕਿ ਖਾਲਿਸਤਾਨੀ ਜੁਝਾਰੂ ਜਥੇਬੰਦੀਆਂ ਨੇ ਇਸ ਦੇ ਸਿਰ ਦਾ ਮੁੱਲ 2.5 ਕਰੋੜ ਰੁਪਏ ਰੱਖਿਆ ਹੋਇਆ ਸੀ। ਇਸ ਦੀ ਇੰਟਰਵਿਊ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਇਹ ਬੰਦਾ ਬਹੁਤ ਹੀ ਆਸ਼ਕ ਮਿਜਾਜ ਸੁਭਾਅ ਦਾ ਹੈ। ਇਸ ਦੀ ਇੱਕ ਆਸ਼ਕੀ ਨਾਲ ਸੰਬੰਧਿਤ ਕਹਾਣੀ ਸੁਣਾਉਂਦੇ ਹਾਂ। 1995-96 ਵਿੱਚ ਇਸ ਨੂੰ ਇੱਕ ਰਸ਼ੀਅਨ ਕੁੜੀ ਜੋ ਬਿਸ਼ਕੇਕ ਸ਼ਹਿਰ ਵਿੱਚ ਮਿਲੀ ਸੀ, ਅੱਜ ਤੱਕ ਉਸ ਦੀ ਫੋਟੋ ਜੇਬ ਵਿੱਚ ਪਾ ਕੇ ਘੁੰਮਦਾ ਹੈ ਅਤੇ ਫੇਸਬੁੱਕ ਉੱਪਰ ਸਟੇਟਸ ਪਾ ਕੇ ਉਸ ਦਾ ਨੰਬਰ ਲੱਭਦਾ ਫਿਰਦਾ ਹੈ। ਸੁਖਵਿੰਦਰ ਕੈਟ ਨੇ ਹਰਨੇਕ ਨਿਊਜ਼ੀਲੈਂਡ ਦੇ ਰੇਡੀਓ ਵਿਰਸਾ ਰਾਹੀਂ ਸੰਘਰਸ਼ ਨਾਲ ਜੁੜੇ ਸ਼ਹੀਦ ਸਿੰਘਾਂ ਨੂੰ ਬਦਨਾਮ ਕਰਕੇ ਆਪਣੀ ਸਿਕਿਉਰਿਟੀ ਵਿੱਚ ਵਾਧਾ ਕਰਾਉਣ ਦਾ ਇੰਤਜ਼ਾਮ ਹੀ ਕੀਤਾ ਲੱਗਦਾ ਹੈ। ਇਸ ਦਾ ਇਸ ਨੂੰ ਫਾਇਦਾ ਹੁੰਦਾ ਜਾਂ ਨੁਕਸਾਨ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਸ ਰੇਡੀਓ ਉੱਪਰ ਹੋਈ ਗੱਲਬਾਤ ਨੇ ਸਿੱਖ ਸੰਘਰਸ਼ ਦੇ ਦੁਖੀਆਂ ਦੇ ਵਹਿਸ਼ੀਆਨਾ ਚਿਹਰੇ ਇੱਕ ਵਾਰ ਫਿਰ ਨੰਗੇ ਕਰ ਦਿੱਤੇ ਹਨ। ਹੁਣ ਇਹ ਗੱਲ ਭਵਿੱਖ ਦੀ ਕੁੱਖ ਵਿੱਚ ਹੈ ਕਿ ਸਿੱਖ ਕੌਮ ਆਪਣੇ ਦੋਸ਼ੀਆਂ ਦੀ ਸ਼ਨਾਖਤ ਕਰਦੀ ਹੋਈ ਕੀ ਸਜ਼ਾ ਦਿੰਦੀ ਹੈ। ਹਰਨੇਕ ਨੇਕਾ, ਸੁਖਵਿੰਦਰ ਕੈਟ ਅਤੇ ਇਹਨਾਂ ਨਾਲ ਜੁੜੇ ਇਹਨਾਂ ਦੇ ਚੇਲਿਆਂ ਕੋਲੋਂ ਸਾਰਾ ਕੰਮ ਸਰਕਾਰੀ ਏਜੰਸੀਆਂ ਸਿੱਖ ਕੌਮ ਦੇ ਸੰਘਰਸ਼ ਅਤੇ ਸਿੱਖ ਕੌਮ ਦੇ ਸਤਿਕਾਰਤ ਸ਼ਹੀਦਾਂ ਨੂੰ ਬਦਨਾਮ ਕਰਵਾਉਣ ਲਈ ਹੀ ਕਰਵਾ ਰਹੀਆਂ ਹਨ। ਅਸੀਂ ਅਖੀਰ ਵਿੱਚ ਆਪ ਜੀ ਨੂੰ ਉਹ ਸਬੂਤ ਪੇਸ਼ ਕਰ ਰਹੇ ਹਾਂ ਜਿਸ ਦੇ ਆਧਾਰ ਉੱਪਰ ਇਸ ਨੂੰ ਕੈਟ ਕਿਹਾ ਹੈ। ਆਓ ਹੁਣ ਦੇਖਦੇ ਹਾਂ ਉਹ ਵੀਡੀਓ। चंडीगढ़ केवल सिंह तो बस कैट की एक झलक पर है। पंजाब में से न जाने कितने ही केवल सिंह की कहानियां भरी पड़ी। कैट के उस दौर में आतंकवादियों के खिलाफ एक और शख्स ने पुलिस के साथ मिलकर लोहा दिया। नाम सुखविंदर सिंह और जनरल दयाल सिंह। आज दयाल सिंह के सिर पर 2.5 करोड़ का इनाम और जनते हैं उसके सिर पर यह इनाम किसने रखा? सुखविंदर सिंह जनरल दयाल सिंह 57 साल, इनाम 2.5 करोड़। आपने बदमाशों के सिपर पुलिस को इनाम रखते तो सुना, लेकिन सुखविंदर सिंह वो शख्स है जिसके सिर पर इनाम
पुलिस या किसी जांच एजेंसी ने बल्कि आतंकवादी संगठन खालिस्तान कमांडो फोर्स ने रखा है। सुखविंदर के नाम पर अखबार में छपा यह इश्तेहार इस बात का गवाह है। अब जाहिर है कि जिस शख्स के सिर्फ आतंकवादी 2.5 करोड़ का इनाम रखते उस शख्स का आतंकवादियों से कैसा रिश्ता हो ये बताने की जरूरत नहीं, लेकिन सुखविंदर सिंह और पंजाब के खालतुओं के बीच के इस रिश्ते को समझना यकीनन बेहद जरूरी है। आतंकवादियों का दुश्मन सुखविंदर कभी पुलिस का नहीं रहा, लेकिन आतंकवादी संगठनों की खुफिया खबरों को चुटकियों में सूंघ लेने वाला सुखविंदर किसी कैद से कम भी नहीं रहा। बल्कि दूसरे लफ्जों में कहें तो सुखविंदर ने पंजाब में एक नहीं बल्कि कई कैद पैदा कर दिए, लेकिन पंजाब पुलिस की मदद करने वाले और कैद की फौज तैयार करने से पहले सुखविंदर का इतिहास भी दूसरे कैद की मानिंद खून खराबे और आतंकवाद से भर रहा। कभी टेररिज्म के साथ चले इन लोगों के सामने दिक्कतें भी दोहरी है, एक तरफ कुआ है तो दूसरी तरफ खाई है। पिछली जिंदगी का खौफ इनके दिलो दिमाग पर अभी भी कायम है, लेकिन पुलिस इन्हें अब अपना मान नहीं रही है। इस खौफ से तो किसी तरह पार पाया जा सकता है, लेकिन उस समाज की नजरों से कैसे बचा जाए जिसके साथ ये पिछले 20-21 सालों से रहते आए। जवानी की दहलीज पर कदम रखे दूसरे तीनों नौजवानों की तरह सुखविंदर के कदम आतंकवाद के रास्ते पर चल दिए थे, लेकिन जल्द उन्हें इस रास्ते में बिखे कांटों का एहसास हो गया और फिर सुखविंदर आतंकवादियों के कैंप में रह गई पुलिस और कानून की मदद करना शुरू कर दिया। खुद अब फोर्स बनाए और पुलिस की मदद से कई खूंखार आतंकवादियों को ठिकाने लगाए। जब इन टेररिस्ट को पकड़ के पुलिस के हवाले किया गया तो जिन लोगों ने पुलिस की मदद की वो कैद हो गए। उस वक्त मेरे भी कुछ दोस्तों के ऊपर हमला हुआ, उसी गुस्से में आकर मैं उग्रवादी के खिलाफ उनके खिलाफ की लड़ाई शुरू कर दी। उसमें बाद में मुझे कुछ पुलिस अफसर मिल गए जिनमें एसएस विर्क भी थे, तो उनसे बात हुई, फिर हमने टेररिस्ट को पकड़ाया, विर्क साहब के हवाले किया। वो जो अच्छे अफसर थे उन्होंने कहा इनको मारने से तो कुछ मिलेगा नहीं, इसलिए इनको सुधारा गया, इनको उग्रवादियों के खिलाफ इस्तेमाल किया। लेकिन अब हालात बदल चुके हैं। वैसे तो पंजाब आतंकवाद का खात्मा हो चुका है, लेकिन सुखविंदर जनरल दयाल सिंह सिर पर मंडराते मौत के खतरे ने उन्हें जी देती मुर्दा बना लिया है। कभी अपनी पहचान बदलकर तो कभी छिप छिप कर रहने वाले सुखविंदर के साथ सियासत बेरुखी का आलम लीजिए। जब इतना सब कुछ होने के बावजूद उन्हें हिफाजत के लिए हाईकोर्ट के आदेश पर मिला एक अदद बॉडीगार्ड वापस ले लिया गया है। पंजाब में आतंकवाद के लंबे दौर के गवाह सुखविंदर दयाल सिंह कहते हैं कि उस दौर में आतंकवाद के दलदल से बाहर आने के बाद इंसानियत की मदद करने वालों के साथ अब पुलिस को नाइंसाफी नहीं करनी चाहिए। कहीं ऐसा न हो कि सियासत की बेरुखी से आतंकवादियों और पुलिस के बीच फंस चुके कैक्स के पांव फिर से बह जाए। प्रतीक त्रिवेदी, चंडीगढ़। असी ए वीडियो आप जी वास्ते चैनल आज तक तो कॉपी कीती है, जिस वास्ते असी माफी मंगदे होए चैनल आज तक दे धन्नवादी हां अते उम्मीद करदे हां कि आप जी नूं साडे वालों कीतियां गल्लां दे सारे सबूत मिल गए होणगे। जेकर फिर भी किसे वीर नूं किसे सबूत दी लोड़ होवे तां ओह साडे नाल कंटैक्ट करके लै सकदा है। साडी आप सब नूं बेनती है कि एजेंसियां दे बंदियां वालों सिंघां दे खिलाफ कीते गए किसी भी प्रचार तो गमराह ना होवो, अपने शहीद सिंघां दा सत्कार करो अते सिख कौम दी आजादी दे संघर्ष लई एक मुठ हो के अगे वधो, तद ही असी अपना आजाद कर खालिस्तान हासिल कर सकते हाँ। साडे कोलों बोलदियां कोई गलती हो गई होवे तां माफ कर देना। मिलदे हाँ अगली बार अगली वीडियो विच कोई होर विशा लै के, तद तक दिओ इजाजत, भुल चुक दी खिमा। वाहिगुरू जी का खालसा, वाहिगुरू जी की फतेह।